ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟ੍ਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, ਰੋਕੂ ਟੀਵੀ, ਸ਼ਾਵਾ, TV84 ਦੀ ਵੈਬਸਾਈਟ ਤੋਂ ਹੋ ਰਹੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਖਬਰਾਂ ਦੇ ਵਿੱਚ ਦੇਖ ਰਹੇ ਹਾਂ, ਹਾਲ ਹੀ ਦੇ ਵਿੱਚ ਪਿਛਲੇ ਲਗਭਗ ਇੱਕ ਹਫ਼ਤੇ ਤੋਂ ਜੋ ਟੈਕਸਾਸ ਦੇ ਵਿੱਚ ਸਿਚੁਏਸ਼ਨ ਬਣੀ ਹੋਈ ਹੈ ਹੜ੍ਹਾਂ ਦੇ ਕਰਕੇ, ਉਹ ਬੜੀ ਹੀ ਇੱਕ ਖਤਰਨਾਕ ਸਥਿਤੀ ਦੇ ਵਿੱਚ ਉੱਥੇ ਲੋਕ ਰਹਿ ਰਹੇ ਨੇ। ਲਗਭਗ ਜਿਹੜਾ ਤੂਫਾਨ, ਜਿਹੜਾ ਹਰੀਕੇਨ ਹਾਰਵੇ ਨਾਮ ਦਾ ਉੱਥੇ ਆਇਆ, ਅੱਜ ਤੱਕ ਦੀ ਜੇ ਡਾਟਾ ਦੇਖਿਆ ਜਾਵੇ ਤਾਂ ਤਕਰੀਬਨ 40 ਦੇ ਕਰੀਬ ਉੱਥੇ ਮੌਤਾਂ ਹੋ ਚੁੱਕੀਆਂ ਨੇ ਅਤੇ ਹਜ਼ਾਰਾਂ ਹੀ ਜਿਹੜੇ ਲੋਕ ਨੇ ਉਹ ਬੇਘਰ ਹੋ ਚੁੱਕੇ ਨੇ ਇਸ ਤੂਫਾਨ ਦੇ ਕਰਕੇ। ਜਿੱਥੇ US ਦੇ ਜਿਹੜੇ ਪ੍ਰੈਜ਼ੀਡੈਂਟ ਨੇ ਡੋਨਲਡ ਟਰੰਪ, ਉਹਨਾਂ ਨੇ ਵੀ ਉੱਥੇ ਉਸ ਮੌਕੇ 'ਤੇ ਵਿਜ਼ਿਟ ਕੀਤਾ। ਉੱਥੇ ਹੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਸਿੱਖਾਂ ਦੀ ਵੀ ਹਿਊਸਟਨ, ਡੈਲਸ ਦੇ ਵਿੱਚ ਚੰਗੀ ਆਬਾਦੀ ਹੈਗੀ ਹੈ। ਸਿੱਖ ਜਥੇਬੰਦੀ ਯੂਨਾਈਟਿਡ ਸਿੱਖਸ ਵੱਲੋਂ ਰਿਲੀਫ ਦੇ ਜਿਹੜੇ ਐਫਰਟਸ ਨੇ, ਸਹਾਇਤਾ ਦੇ ਲਈ ਜਿਹੜੇ ਉੱਥੇ ਪੀੜਤ ਨੇ ਉਹਨਾਂ ਦੀ ਸਹਾਇਤਾ ਦੇ ਲਈ ਕਾਰਜ ਆਰੰਭਿਆ ਜਾ ਚੁੱਕਿਆ। ਸੋ ਅੱਜ ਦੀ ਜਿਹੜੀ ਸਾਡੀ ਗੱਲਬਾਤ ਹੈਗੀ ਹੈ ਉਹ ਇਸ ਸਿਚੁਏਸ਼ਨ ਬਾਰੇ, ਜਿਹੜਾ ਹਾਰਵੀ ਤੂਫਾਨ ਆਇਆ ਹੋਇਆ ਉੱਥੇ, ਉਹਦਾ ਆਫਟਰ ਮੈਥ ਕੀ ਹੈਗਾ, ਉਹਦੇ ਤੋਂ ਜਿਹੜੇ ਆਫਟਰ ਇਫੈਕਟਸ ਹੈਗੇ ਨੇ ਉਹ ਕੀ ਨੇ, ਅਤੇ ਸਿਚੁਏਸ਼ਨ ਉੱਥੇ ਕਿਸ ਹਿਸਾਬ ਦੀ ਬਣੀ ਹੋਈ ਹੈ, ਅਤੇ ਖਾਸ ਤੌਰ 'ਤੇ ਯੂਨਾਈਟਿਡ ਸਿੱਖਸ ਵੱਲੋਂ ਜਿਹੜੇ ਪੀੜਤਾਂ ਦੇ ਲਈ ਐਫਰਟ ਕੀਤੇ ਜਾ ਰਹੇ ਨੇ, ਉਹਨਾਂ ਦੀ ਸਹਾਇਤਾ ਦੇ ਲਈ ਕਾਰਜ ਆਰੰਭਿਆ ਗਿਆ, ਉਸ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ। ਇਹ ਸਾਰੀ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਉੱਥੋਂ ਹਿਊਸਟਨ ਤੋਂ ਜਿਹੜੇ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਹੈਗੇ ਆ ਗੁਰਵਿੰਦਰਜੀਤ ਸਿੰਘ, ਉਹ ਸਾਡੇ ਨਾਲ ਫੋਨ ਲਾਈਨ 'ਤੇ ਬਣੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਗੁਰਵਿੰਦਰਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਾਰੇ ਗੁਰਵਿੰਦਰਜੀਤ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਸ਼ੁਰੂਆਤ ਮੌਜੂਦਾ ਸਥਿਤੀ ਤੋਂ ਕਰੀਏ। ਤੁਸੀਂ ਉੱਥੇ ਪਹੁੰਚੇ ਹੋ ਯੂਨਾਈਟਿਡ ਸਿੱਖਸ ਦੀ ਪੂਰੀ ਟੀਮ ਦੇ ਨਾਲ, ਕਿੱਦਾਂ ਦੇ ਹਾਲਾਤ ਬਣੇ ਹੋਏ ਨੇ, ਜਿਸ ਹਿਸਾਬ ਨਾਲ ਉੱਥੇ ਫਲੱਡਿੰਗ ਹੋਈ ਹੈ, ਕਈ ਕਈ ਫੁੱਟ ਪਾਣੀ ਵੜਿਆ ਘਰਾਂ ਦੇ ਵਿੱਚ, ਕਈ ਘਰ ਡੁੱਬੇ, ਕਈ ਮੌਤਾਂ ਹੋਈਆਂ ਨੇ, ਦਰਜਨਾਂ ਦੀ ਤਾਦਾਦ ਦੇ ਵਿੱਚ ਕਈ ਲੋਕਾਂ ਨੇ ਆਪਣੇ ਘਰ ਛੱਡੇ ਨੇ, ਕਿੱਦਾਂ ਦੇ ਹਾਲਾਤ ਬਣੇ ਹੋਏ ਨੇ, ਕਿੱਦਾਂ ਦੀ ਸਿਚੁਏਸ਼ਨ ਬਣੀ ਹੋਈ ਹੈ ਉੱਥੇ ਗਰਾਊਂਡ ਲੈਵਲ ਤੇ? ਭਾਈ ਸਾਹਿਬ, ਪਹਿਲਾਂ ਤਾਂ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ TV84 ਦੇ ਰਾਹੀਂ ਸਾਨੂੰ ਸਾਰੇ ਦਰਸ਼ਕਾਂ ਦੇ ਰੂਬਰੂ ਹੋਣ ਦੇ ਮੌਕਾ ਦਿੱਤਾ ਆ ਕਿ ਅਸੀਂ ਜਿਹੜਾ ਆਪਣਾ ਇੰਨੀ ਵੱਡੀ ਆਫਤ ਆਈ ਹੋਈ ਆ ਸਾਰਿਆਂ ਦੇ ਸਮਝ ਰੱਖ ਸਕੀਏ, ਉਸਨੂੰ ਘਰ ਤੱਕ ਪਹੁੰਚਾਈਏ। ਜਿਹੜਾ ਨੁਕਸਾਨ ਹੋਇਆ ਅਮਰਜੀਤ ਸਿੰਘ ਜੀ, ਇਹ ਲਿਖਿਆ ਜਾਂਦਾ ਮੇਰੇ ਜੀਵਨ ਚ ਇਤਿਹਾਸਕ ਹੋਇਆ ਆ ਜੀ, ਹਿਸਟੋਰਿਕ, ਮਤਲਬ ਇੰਨਾ ਨੁਕਸਾਨ। ਇੱਥੇ ਸਾਊਥ ਦੇ ਵਿੱਚ ਜਾਂ ਕਿਸੇ ਵੀ ਹਰਕੇ ਦੇ ਰਾਹੀਂ ਨਹੀਂ ਹੁੰਦਾ, $160 billion ਤੋਂ ਜ਼ਿਆਦਾ ਨੁਕਸਾਨ ਹੋਇਆ ਆ। ਤੇ ਜਿਹੜਾ ਪਾਣੀ ਆ, ਉਹ ਪਹਿਲਾਂ ਤਾਂ ਤੂਫਾਨ ਦੇ ਰੂਪ ਆਇਆ ਹਰਕੇ ਦੇ ਰਾਹੀਂ, ਉਹ ਤੋਂ ਬਾਅਦ ਭਾਈ ਸਾਹਿਬ ਜੀ 4 ਫੁੱਟ ਤੋਂ ਜ਼ਿਆਦਾ ਮੀਂਹ ਪਿਆ ਜੀ। 5 ਦਿਨ ਤਾਂ ਕਹਿੰਦੇ ਸੂਰਜ ਨਹੀਂ ਨਿਕਲਿਆ, ਤੇ ਪਹਿਲੀ ਵਾਰ ਹੋਇਆ ਕਿ ਇੰਨੀ ਦੇਰ, ਮਤਲਬ 100 ਸਾਲਾਂ ਚ ਕਿ ਇੰਨੀ ਲਗਾਤਾਰ ਨਾਲ ਇਹੋ ਜਿਹੀ ਚੀਜ਼ ਛਾਈ ਹੋਵੇ ਕਿਸੇ ਵੀ ਇਲਾਕੇ ਦੇ, ਕਿਸੇ ਸੂਰਜ ਨਾ ਦੇਖਣ ਨੂੰ ਮਿਲੇ ਕਿਸੇ ਨੂੰ। ਹਿਊਸਟਨ ਜਿਹੜਾ 4th number ਦਾ ਸ਼ਹਿਰ ਆ ਪੂਰੇ ਅਮਰੀਕਾ ਦੇ ਵਿੱਚ ਜੀ, ਉਹ ਬਿਲਕੁਲ ਹਫ਼ਤੇ ਲਈ ਬੰਦ ਰਿਹਾ। ਉਹਦੇ ਦਫ਼ਤਰ, ਉਹਦੇ ਕਾਰੋਬਾਰ, ਕੰਮ, ਸੜਕਾਂ 'ਤੇ ਸਨਾਟਾ ਛਾਇਆ ਹੋਇਆ ਸੀਗਾ। ਪਾਣੀ ਦੇ ਦੌਰ ਦੇ ਨਾਲ, ਪਾਣੀ ਦੇ ਜ਼ੋਰ ਦੇ ਨਾਲ ਕਈ ਪਰਿਵਾਰ ਰੁੜੇ, ਕਈ ਪਰਿਵਾਰ ਗੁਜ਼ਰੇ, ਤੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਘਰ ਦੇ ਨੁਕਸਾਨ ਦੀ ਗੱਲ ਨਹੀਂ ਕਰ ਰਹੇ ਅਸੀਂ, ਕਹਿੰਦੇ ਕਿ ਤਬਾਹ ਹੋ ਗਏ, ਕਿ ਉਹਨਾਂ ਨੂੰ ਪੂਰਾ ਢਾਹ ਕੇ ਦੁਬਾਰਾ ਉਸਾਰੀ ਕਰਨੀ ਪਵੇਗੀ ਜੀ। ਸੋ 93,000 ਘਰ ਨੇ ਅਮਰਜੀਤ ਸਿੰਘ ਜੀ, ਜਿਹਨਾਂ ਦਾ ਇੰਨਾ ਨੁਕਸਾਨ ਹੋਇਆ ਕਿ ਉਹਨਾਂ ਨੂੰ ਪੂਰਾ ਢਾਉਣਾ ਪੈਣਾ ਜੀ, ਦੁਬਾਰਾ ਉਸਾਰੀ ਪਵੇਗੀ। ਤੇ ਜਿਹਨਾਂ ਦੇ ਘਰਾਂ ਦੇ ਵਿੱਚ 2 ਫੁੱਟ 3 ਫੁੱਟ 4 ਫੁੱਟ ਪਾਣੀ ਆਇਆ, ਉਹਨੇ ਤਾਂ ਗਿਣਤੀ ਨੀ ਹੈਗੀ ਜੀ। ਉਹਨਾਂ ਦਾ ਮੁਆਵਜ਼ਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿੱਥੇ ਕਿੰਨਾ ਕੁ ਨੁਕਸਾਨ ਹੋਇਆ ਆ, ਹਜ਼ਾਰਾਂ ਦੀ ਤਾਦਾਦ ਵਿੱਚ ਬੰਦੇ ਬੇਘਰ ਹੋਏ ਹੋਏ ਨੇ। ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜਾ ਨੁਕਸਾਨ ਹੋਇਆ ਉਹ ਫਲੱਡ ਦੇ ਰਾਹੀਂ ਹੋਇਆ, ਹੜ੍ਹ ਦੇ ਰਾਹੀਂ ਹੋਇਆ,
ਤੇ 80% ਬੰਦਿਆਂ ਕੋਲ ਫਲੱਡ ਇੰਸ਼ੋਰੈਂਸ ਨਹੀਂ ਹੁੰਦੀ ਜੀ। ਸੋ ਤੁਸੀਂ ਅੰਦਾਜ਼ਾ ਲਾ ਲਓ ਕਿ ਪਹਿਲਾਂ ਤਾਂ ਨੁਕਸਾਨ ਹੋਇਆ, ਇਹ ਘਰ ਹੋਏ, ਫਿਰ ਇਹ ਵੀ ਉਹਨਾਂ ਦਾ ਸਾਹਮਣਾ ਕਰਨਾ ਪੈਣਾ ਆ ਕਿ ਜਿਹੜਾ ਨੁਕਸਾਨ ਉਹਨਾਂ ਤੇ ਵਾਪਰਿਆ ਉਹਦੇ ਤੇ ਬੀਮਾ ਜਾਂ ਇੰਸ਼ੋਰੈਂਸ ਨਹੀਂ ਹੈ, ਸੋ ਖੁਦ ਉਹਨਾਂ ਨੂੰ ਝੱਲਣਾ ਪਵੇਗਾ ਜਾਂ ਕੋਈ ਜਾਂ ਸਰਕਾਰ ਪੈਦਾ ਕਰੇਗੀ ਜਾਂ ਸੰਸਥਾਵਾਂ ਵਿੱਚ ਆ ਕੇ ਯੋਗਦਾਨ ਪਾਉਣਗੀਆਂ ਜੀ। ਗੁਰਵਿੰਦਰ ਜੀਤ ਸਿੰਘ ਜੀ, ਇਸੇ ਦੇ ਨਾਲ ਜਿਹੜੀ ਯੂਨਾਈਟਿਡ ਸਿੱਖਸ ਦੀ ਟੀਮ ਉੱਥੇ ਪਹੁੰਚੀ ਹੈ, ਤਾਂ ਤੁਸੀਂ ਪਹਿਲਾਂ ਵੀ ਜਦੋਂ ਅਸੀਂ ਦੇਖਦੇ ਹਾਂ ਹੇਤੀ ਦੇ ਵਿੱਚ ਹੋਇਆ ਜਾਂ ਹੋਰ ਥਾਵਾਂ 'ਤੇ ਜਦੋਂ ਕਿਤੇ ਵੀ ਕੋਈ ਆਫਤ ਆਉਂਦੀ ਹੈ ਤੁਹਾਡੀ ਟੀਮ ਉੱਥੇ ਪਹੁੰਚਦੀ ਹੈ ਲੋਕਾਂ ਦੀ ਮਦਦ ਦੇ ਲਈ, ਪੀੜਤਾਂ ਦੀ ਮਦਦ ਦੇ ਲਈ। ਸੋ ਇਸ ਵਾਰ ਜਦੋਂ ਤੁਸੀਂ ਉੱਥੇ ਹੁਣ ਪਹੁੰਚੇ ਹੋ ਹਿਊਸਟਨ ਦੇ ਵਿੱਚ, ਇਹ ਸਾਰਾ ਕਾਰਜ ਆਰੰਭਿਆ ਹੈਗਾ, ਤਾਂ ਤੁਸੀਂ ਕੀ ਮੰਤਵ ਦੇ ਨਾਲ ਕਿਹੜੀਆਂ ਸਪਲਾਈਜ਼ ਉੱਥੇ ਲੈ ਕੇ ਜਾ ਰਹੇ ਹੋ, ਕਿਸ ਮੋਟਿਵ ਦੇ ਨਾਲ ਉੱਥੇ ਜਾ ਰਹੇ ਹੋ, ਕਿੱਡੀ ਵੱਡੀ ਤੁਹਾਡੀ ਟੀਮ ਹੈਗੀ ਹੈ, ਜੇ ਆਪਣੇ ਐਫਰਟਸ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਤੇ ਦਰਸ਼ਕਾਂ ਨੂੰ ਦੱਸ ਸਕੋ। ਦੇਖੋ ਇੱਕ ਵਾਰ ਕਈ ਵਾਰ ਅਸੀਂ ਮਾਯੂਸ ਹੋ ਜਾਂਦੇ ਹਾਂ ਆਪਣੀ ਜਾਤੀ ਕੌਮ ਦੀ ਗੱਲ ਕਰਦੇ ਹੋਏ, ਪਰ ਇਹੋ ਜਿਹੇ ਮੌਕੇ ਨਾਲ ਬੜਾ ਫਖਰ ਮਹਿਸੂਸ ਹੁੰਦਾ ਕਿ ਅਕਾਲ ਪੁਰਖ ਨੇ ਸਾਨੂੰ ਸਿੱਖ ਪਰਿਵਾਰ ਵਿੱਚ ਜਨਮ ਦਿੱਤਾ ਤੇ ਅਸੀਂ ਇਸ ਕੌਮ ਦੇ ਵਿੱਚ ਭਾਗ ਲੈ ਰਹੇ ਹਾਂ। ਜੀ ਸਾਨੂੰ ਭਾਈ ਉਹ ਮੇਰੇ ਖਿਆਲ ਕੋਈ ਸ਼ਹਿਰ ਨੀ ਬਣਾ ਅਮੈਰੀਕਾ ਦਾ ਜਿਹਨੇ ਸਾਨੂੰ ਕੌਲ ਦਿੱਤਾ ਹੋਵੇ, ਜਿਹਨੇ ਸਾਨੂੰ ਪੁੱਛਿਆ ਨਾ ਹੋਵੇ, ਜਿਹਨੇ ਸਾਨੂੰ ਬੇਨਤੀ ਨਾ ਕੀਤੀ ਹੋਵੇ ਕਿ ਸਾਨੂੰ ਦੱਸੋ ਅਸੀਂ ਕੀ ਕਰ ਸਕਦੇ ਹਾਂ, ਅਸੀਂ ਕਿਵੇਂ ਸਹਾਇਤਾ ਕਰ ਸਕਦੇ। ਜੀ ਚਾਹੇ ਉਹ ਮਨਪ੍ਰੀਤ ਸਿੰਘ ਹੋਣੀ ਹੋ ਗਏ ਸੈਕਰਮੈਂਟੋ ਤੋਂ, ਜਿਹੜੇ 23 ਟਰੱਕ ਲੈ ਕੇ ਆ ਰਹੇ ਨੇ, 15-16 ਬੰਦੇ ਆ ਰਹੇ ਨੇ, ਚਾਹੇ ਸਰਪਾਲ ਸਿੰਘ ਹੋਣੀ ਹੋ ਗਏ, ਤਨਵੀਰ ਸਿੰਘ ਹੋਣੀ ਹੋ ਗਏ, ਅਰਸ਼ਿੰਦਰ ਸਿੰਘ ਹੋਣੀ ਹੋ ਗਏ ਬਲਵੰਤ ਸਿੰਘ ਹੋਣੀ ਹੋ ਗਏ ਸਿਆਟਲ ਤੋਂ, ਚਾਹੇ ਉਹ ਹਰਪ੍ਰੀਤ ਸਿੰਘ ਹੋਣੀ ਹੋ ਗਏ ਐਲਏ ਤੋਂ ਜੀ, ਮਤਲਬ ਅਸੀਂ ਕਿਹਦੇ ਕਿਹਦਾ ਨਾਂ ਲਈਏ, ਕਿਹਦਾ ਕਿਹਦੇ ਕਿਹਦੇ ਬਾਰੇ ਦੱਸੀਏ, ਸ਼ਿਕਾਗੋ ਤੋਂ ਜਸਵੀਰ ਕੌਰ ਜੀ ਹੋ ਗਏ, ਜੈਪਾਲ ਸਿੰਘ ਜੀ ਸਿੰਸਨੈਡੀ ਤੋਂ ਹੋ ਗਏ, ਜਿਹੜੇ ਨੁਮਾਇੰਦੇ ਨੇ ਗੁਰਦੁਆਰਿਆਂ ਦੇ, ਜਿਹੜੇ ਨੁਮਾਇੰਦੇ ਨੇ ਸੰਸਥਾਵਾਂ ਦੇ, ਜਿਹੜੇ ਕਹਿ ਰਹੇ ਆ ਸਾਨੂੰ ਦੱਸੋ ਅਸੀਂ ਕੀ ਕਰ ਸਕਦੇ ਹਾਂ, ਕਿਉਂਕਿ ਯੋਗਦਾਨ ਪਾ ਸਕਦੇ ਹਾਂ। ਸਾਡੀ ਜੀ ਟੀਮ ਇੱਥੇ ਪਹੁੰਚੀ ਹੋਈ ਆ ਘੱਟ ਤੋਂ ਘੱਟ, ਅਸੀਂ 3 ਜਾਣੇ ਪਹਿਲਾਂ ਮੁਆਵਜ਼ਾ ਲੈਣ ਲਈ ਆਏ ਸੀਗੇ, ਹੁਣ ਸਾਡੇ ਕੋਲ ਜੀ ਕੱਲ 15 ਬੰਦੇ ਹੋਰ ਆ ਜਾਣਗੇ ਜੀ, ਸ਼ਾਮ ਨੂੰ ਜੀ ਤਕਰੀਬਨ 8 ਬੰਦੇ ਹੋਰ ਆ ਜਾਣ, ਸੋ ਸਾਡੇ 30 ਬੰਦੇ ਯੂਨਾਈਟਿਡ ਸਿੱਖ ਦੀ ਟੀਮ ਦੇ ਇੱਥੇ ਇੱਥੇ ਪਹੁੰਚਣਗੇ। ਅਤੇ ਜਿਹੜੀ ਲੋਕਲ ਸੰਗਤ ਆ, ਸਿੱਖ ਨੈਸ਼ਨਲ ਸੈਂਟਰ ਹੋ ਗਿਆ, ਸਿੱਖ ਗੋਲਫ ਕੋਰਸ ਹੋ ਗਿਆ, ਆਪਣੇ ਪ੍ਰਿੰਸ ਗੁਰਦੁਆਰਾ ਸਾਹਿਬ ਹੋ ਗਏ, ਸਾਰੇ ਗੁਰਦੁਆਰਿਆਂ ਨੇ ਰਲ ਕੇ ਕਿੰਨਾ ਵਧੀਆ ਉਪਰਾਲਾ ਕੀਤਾ, ਤੇ ਨੌਜਵਾਨ ਨੇ ਤਤਪਰ ਕੀਤੇ ਹੋਏ ਨੇ ਕਿ ਉਹ ਪੂਰੇ ਯੋਗਦਾਨ ਪਾ ਰਹੇ ਨੇ। ਤੇ ਅਸੀਂ ਤਾਂ ਇਹ ਹੈਗਾ ਜੀ ਕਿ ਯੂਨਾਈਟਿਡ ਸਿੱਖ ਦਾ ਉਪਰਾਲਾ ਉਲੀਕਦੀ ਆ, ਤਾਂ ਲੋਕਲ ਜਿਹੜੇ ਨੌਜਵਾਨ ਹੁੰਦੇ ਨੇ ਉਹਨਾਂ ਨੂੰ ਪੂਰੇ ਦੱਸਿਆ ਜਾਂਦਾ, ਤੌਰ ਤਰੀਕੇ ਸਮਝਾਏ ਜਾਂਦੇ ਨੇ, ਕਿਉਂਕਿ ਸਾਡਾ ਤਜਰਬਾ ਇੰਨਾ ਹੋ ਚੁੱਕਿਆ, ਜਿੰਨੀ ਵਾਰ ਗਿਰ ਚੁੱਕੇ ਆ, ਸਿੱਖ ਚੁੱਕੇ ਆ ਜੀ, ਤੇ ਫਿਰ ਉਹਨਾਂ ਨੂੰ ਨੁਮਾਇੰਦਗੀ ਫੜਾਈ ਜਾਂਦੀ ਆ ਜੀ। ਸੋ ਫਿਲਹਾਲ ਆਪਣਾ ਜੀ ਸਮਾਨ ਲੋੜ ਹੈਗੀ ਆ, ਉਹ ਆ ਕਿ ਜਿਹੜੇ ਹਾਈਜੀਨ ਪ੍ਰੋਡਕਟ ਹੁੰਦੇ ਨੇ, ਜਿਹੜੇ ਸਫਾਈ ਕਰਨ ਵਾਲੇ ਸਮਾਨ ਹੁੰਦਾ ਆ, ਪਰ ਅਸੀਂ ਬੇਨਤੀ ਕਰਾਂਗੇ ਕਿ ਸੰਗਤ ਸਭ ਤੋਂ ਤੇਜ਼ੀ ਨਾਲ ਮਦਦ ਕੀਤੀ ਜਾ ਸਕਦੀ ਮਾਇਕ ਸਹਾਇਤਾ ਨਾਲ, ਕਿਉਂਕਿ ਅਮਰਜੀਤ ਸਿੰਘ ਜੀ ਗੱਲ ਇਹ ਹੁੰਦੀ ਆ ਕਿ ਜਦ ਕੁਦਰਤੀ ਆਫ਼ਤ ਆਉਂਦੀ ਹੈ ਨਾ, ਰੋਜ਼ਾਨਾ ਹੀ ਜਿਹੜੇ ਪੈਂਤਰੇ ਨੇ ਬਦਲਦੇ ਨੇ, ਲੋੜਾਂ ਬਦਲਦੀਆਂ ਨੇ। ਸੋ ਜੀ ਅਸੀਂ ਅੱਜ ਤੁਹਾਨੂੰ ਕਹਿ ਦਈਏ ਕਿ ਜੀ ਸਫਾਈ ਦਾ ਸਮਾਨ ਚਾਹੀਦਾ, ਹੋ ਸਕਦਾ ਜੀ ਪਰਸੋਂ ਉਹਦੀ ਲੋੜ ਨਾ ਪਵੇ ਜੀ, ਜੇ ਜੇ ਸਾਨੂੰ ਸੰਗਤ ਮਾਇਕ ਤੌਰ ਤੇ ਸਹਾਇਤਾ ਦਿੰਦੀ ਆ, ਤਾਂ ਉਹਦੇ ਨਾਲ ਸਾਨੂੰ ਜਦ ਅਸੀਂ ਸ਼ੈਲਟਰਾਂ 'ਚ ਜਾਂਦੇ ਹਾਂ, ਘਰਾਂ 'ਚ ਜਾਂਦੇ ਹਾਂ, ਲੋਕਾਂ ਨਾਲ ਗੱਲਬਾਤ ਹੁੰਦੀ ਆ, ਸਰਕਾਰ ਟੀਮਾਂ ਨਾਲ ਗੱਲਬਾਤ ਹੁੰਦੀ ਆ, ਆਫਿਸ ਆਫ ਐਮਰਜੈਂਸੀ ਮੈਨੇਜਮੈਂਟ ਨਾਲ ਗੱਲਬਾਤ ਹੁੰਦੀ ਆ, ਮੇਅਰ ਆਫਿਸ ਨਾਲ ਗੱਲਬਾਤ ਹੁੰਦੀ ਆ, ਸਾਨੂੰ ਫਿਰ ਪਤਾ ਲੱਗਦਾ ਕਿ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਕਿੱਥੇ ਕਿੱਥੇ ਘਾਟ ਆ, ਅਸੀਂ ਉਸੇ ਵੇਲੇ ਭਰ ਸਕਦੇ ਹਾਂ ਜੀ, ਅਸੀਂ ਉਸੇ ਵੇਲੇ ਉਹਦਾ ਹੱਲ ਲੱਭ ਸਕਦੇ ਜੀ। ਗੁਰਵਿੰਦਰਜੀਤ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਮਾਇਕ ਸਹਾਇਤਾ ਦੀ, ਤਾਂ ਜਿਹੜੇ ਦਰਸ਼ਕ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਹੈਗੇ ਆ ਨੌਰਥ ਅਮਰੀਕਾ ਦੇ ਵਿੱਚੋਂ ਜਾਂ ਵਰਲਡ ਵਾਈਡ ਸਾਡੇ ਨਾਲ IP ਦੇ ਥਰੂ ਜਾਂ ਫੇਸਬੁੱਕ ਦੇ ਥਰੂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਬਤ, ਜਾਂ ਉਹ ਤੁਹਾਡੇ ਤੱਕ ਕਿਵੇਂ ਪਹੁੰਚ ਕਰ ਸਕਦੇ ਆ, ਕਿਹੜੀ ਇਨਫੋਰਮੇਸ਼ਨ ਜੇ ਤੁਸੀਂ ਉਹਦੀ ਥੋੜ੍ਹੀ ਜਿਹੀ ਪ੍ਰੋਵਾਈਡ ਕਰ ਸਕੋ ਵੀ ਕਿਵੇਂ ਉਹ ਤੁਹਾਡੇ ਤੱਕ ਜਿਹੜੀ ਮਾਇਕ ਸਹਾਇਤਾ ਹੈਗੀ ਆ ਉਹ ਪਹੁੰਚਾ ਸਕਦੇ ਆ। ਸਭ ਤੋਂ ਜੀ ਤੀਜਾ ਤਰੀਕਾ ਅਮਰਵੀਰ ਸਿੰਘ ਜੀ ਹੈਗਾ ਆਪਣੇ ਉੱਤੇ ਜਿਹੜੀ ਵੈਬਸਾਈਟ ਹੈਗੀ ਹੈ unitedsix.org, ਉਹਦੇ ਰਾਹੀਂ ਉਹ ਡੋਨੇਟ ਕਰ ਸਕਦੇ ਆ ਜੀ, ਜੇ ਸਾਡੇ ਨਾਲ ਸੰਪਰਕ ਕਰ ਸਕਦੇ ਤਾਂ ਲਿੰਕ ਵੀ ਭੇਜ ਸਕਦੇ ਆ, ਉਹਨਾਂ ਨੂੰ ਈਮੇਲ ਵੀ ਕਰ ਸਕਦੇ ਆ। ਦਾਸ ਦਾ ਨੰਬਰ ਆ ਗੁਰਵਿੰਦਰ, ਦਾਸ ਦਾ ਨਾਮ ਗੁਰਵਿੰਦਰ ਸਿੰਘ, ਨੰਬਰ 469-222-6288।
ਸਾਡੇ ਨਾਲ ਈਮੇਲ ਦੇ ਨਾਲ ਰਾਬਤਾ ਵੀ ਰੱਖ ਸਕਦੇ ਆ। ਉਹ ਹੈਗਾ ਜੀ ਖਾਂਚਾ ਜੀ। ਸੋ ਸਾਡੇ ਨਾਲ ਤੁਸੀਂ ਈਮੇਲ ਨਾਲ ਰਾਬਤਾ ਰੱਖ ਲਓ ਜੀ, ਸਾਡੇ ਨਾਲ ਵਰਕਰ ਦੇ ਰਾਹੀਂ ਰਾਬਤਾ ਰੱਖ ਲਓ ਜੀ, ਜਾਂ ਸਾਡੇ ਜਦਾਬ ਨੂੰ ਤੁਸੀਂ ਖੁਦ ਫੋਨ ਵੀ ਕਰ ਸਕਦੇ ਹੋ। ਸਾਡਾ ਜਿਹੜਾ ਟੋਲ ਫਰੀ ਨੰਬਰ ਹੈ ਜੀ 1-888-243-1690 ਜੀ। ਇਹ ਗੱਲ ਮੈਂ ਬੇਨਤੀ ਜ਼ਰੂਰ ਕਰਾਂਗੀ, ਰਾਬਤਾ ਜ਼ਰੂਰ ਰੱਖੋ। ਜੇ ਅਸੀਂ ਆਪਣੇ ਪੰਥ ਦੀ ਗੱਲ ਅੱਗੇ ਪਹੁੰਚਾਉਣੀ ਆ, ਜੇ ਅਸੀਂ ਦੁਨੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਦਸਤਾਰ ਦੀ ਮਹੱਤਵ ਦਸਤਾਰ ਮਹੱਤਵਪੂਰਨ ਕਿਉਂ ਆ, ਦਸਤਾਰ ਦੀ ਮਹੱਤਤਾ ਕੀ ਆ, ਸਾਡੇ ਸਿਧਾਂਤ ਕੀ ਨੇ, ਸਾਨੂੰ ਵਿਚਰਨਾ ਪੈਣਾ। ਤੇ ਤੁਸੀਂ ਵੀ ਜਾਣਦੇ ਹੋ ਅਮਰਜੀਤ ਸਿੰਘ ਜੀ ਕਿ ਗੱਲਾਂ ਨਾਲ ਨੀ ਕੰਮ ਹੁੰਦੇ, ਕੰਮਾਂ ਨਾਲ ਕੰਮ ਹੁੰਦੇ ਆ ਜੀ। ਸੋ ਜਦ ਇਹ ਦੇਖਣਗੇ ਆਪਣੇ ਸ਼ਹਿਰੀ ਵਸਨੀਕ ਜਿਹੜੇ ਹੈਗੇ ਨੇ ਹਿਊਸਟਨ ਦੇ ਜਾਂ ਜਿਹੜੇ ਵੀ ਸ਼ਹਿਰ ਹੋਣ ਕਿਸੇ ਨੁਕਸਾਨ ਪਹੁੰਚਿਆ ਕਿ ਯਾਰ ਜਿਹਨਾਂ ਨੇ ਦਸਤਾਰ ਬੰਨੀਆਂ ਨੇ ਉਹ ਤਾਂ ਸਾਡੇ ਕੋਲ ਆ ਕੇ ਸਾਨੂੰ ਅੰਨ ਦੇ ਰਹੇ ਨੇ, ਸਾਨੂੰ ਲੀਰੇ ਦੇ ਰਹੇ ਨੇ, ਸਾਨੂੰ ਦਵਾਈਆਂ ਦੇ ਰਹੇ ਨੇ, ਸਾਡੇ ਘਰ ਸਾਫ਼ ਕਰ ਰਹੇ ਨੇ, ਸਾਡੀ ਬਾਂਹ ਫੜ ਰਹੇ ਨੇ। ਉਹਨੂੰ ਦੱਸਣ ਦੀ ਲੋੜ ਨਹੀਂ ਕਿ ਸਿੱਖ ਇਹੋ ਜਿਹੇ ਇਨਸਾਨ ਨੇ ਜਾਂ ਧਰਮ ਕਿਹੋ ਜਿਹੇ ਧਰਮ ਆ। ਹੁਣ ਬੜਾ ਵੀ ਪਤਾ ਲੱਗ ਜਾਣਾ ਸਾਡੇ ਕੰਮਾਂ ਦੇ ਨਾਲ ਜੀ। ਸੋ ਇਹ ਖਾਸ ਤੌਰ ਤੇ ਅੱਜ ਦੇ ਮਾਹੌਲ ਦੇ ਵਿੱਚ ਜਦੋਂ ਨਸਲਵਾਦ ਦੀ ਚੜ੍ਹਤ ਹੋ ਰਹੀ ਆ, ਉਹਦਾ ਸਾਹਮਣਾ ਸਾਨੂੰ ਧਰਮ ਤੋਂ ਨਿਕਲ ਕੇ ਹੀ ਕਰਨਾ ਪੈਣਾ ਆ, ਘਰਾਂ ਦੇ ਵਿੱਚ ਬਹਿ ਕੇ ਨਹੀਂ ਹੋਣਾ। ਤੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਸੱਜਣਾਂ ਨੂੰ, ਸਾਰੇ ਦਰਸ਼ਕਾਂ ਨੂੰ ਕਿ ਸਾਡੇ ਨਾਲ ਸੰਪਰਕ ਜ਼ਰੂਰ ਕਰੋ। ਜਿਸ ਵੀ ਮਾਈਂਡ ਸੈਟ ਦਾ ਨਹੀਂ ਦੇ ਸਕਦੇ, ਤੁਸੀਂ ਖੁਦ ਆ ਕੇ ਸੇਵਾ ਕਰਨਾ ਚਾਹੁੰਦੇ ਹੋ ਜੀ, ਸਾਡੀ ਬੇਸ ਕੈਂਪ ਅਮਰਜੀਤ ਸਿੰਘ ਜੀ ਹਿਊਸਟਨ ਸਿੱਖ ਨੈਸ਼ਨਲ ਸੈਂਟਰ ਹੈਗੀ ਹੈ ਜੀ, ਤੇ ਕੰਮ ਬਹੁਤ ਕਰਨ ਵਾਲੇ ਨੇ ਜੀ, ਲੋੜ ਬਹੁਤ ਆ। ਸਾਡੇ ਨਾਲ ਸੰਪਰਕ ਕਰੋ ਤੇ ਆ ਕੇ ਸਾਡੇ ਨਾਲ ਮੈਦਾਨ ਦੇ ਵਿੱਚ ਨਿਤਰੋ ਜੀ। ਬਿਲਕੁਲ, ਅਸੀਂ ਵੀ ਇਸ ਪਲੈਟਫਾਰਮ ਤੋਂ ਇਹ ਅਪੀਲ ਕਰਦੇ ਹਾਂ ਸਾਡੇ ਦਰਸ਼ਕਾਂ ਦੇ ਚਰਨਾਂ ਦੇ ਵਿੱਚ ਕਿ unitedsikhs.org ਤੇ ਜਾ ਕੇ ਤੁਸੀਂ ਆਪਣੀ ਮਾਈਕ ਸਹਾਇਤਾ ਵੀ ਦੇ ਸਕਦੇ ਹੋ, ਤੇ ਜੇ ਕਿਸੇ ਹੋਰ ਹਿਸਾਬ ਨਾਲ ਉੱਥੇ ਪਹੁੰਚ ਕੇ ਜਿਵੇਂ ਗੁਰਵਿੰਦਰਜੀਤ ਸਿੰਘ ਜੀ ਨੇ ਕਿਹਾ ਕਿ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ, ਵਾਲੰਟੀਅਰ ਕਰਨਾ ਚਾਹੁੰਦੇ ਹੋ, ਤਾਂ ਉਸ ਹਿਸਾਬ ਨਾਲ ਵੀ ਤੁਸੀਂ ਇਹਨਾਂ ਤੱਕ ਜਿਹੜੀ ਹੈਗੀ ਹੈ ਉਹ ਪਹੁੰਚ ਆਪਣੀ ਬਣਾ ਸਕਦੇ ਹੋ। ਇਸੇ ਦੇ ਨਾਲ ਗੁਰਵਿੰਦਰਜੀਤ ਸਿੰਘ ਜੀ, ਇੱਕ ਹੋਰ ਸਵਾਲ ਉੱਠਦਾ ਹੈ ਕਿ ਜਦੋਂ ਅਸੀਂ ਸਹਾਇਤਾ ਦੀ ਗੱਲ ਕਰਦੇ ਹਾਂ ਤਾਂ ਯੂਨਾਈਟਿਡ ਸਿੱਖਸ ਜਿਹੜੀ ਜਥੇਬੰਦੀ ਹੈਗੀ ਹੈ ਇਹ ਉੱਥੇ ਰਾਹਤ ਦੇ ਲਈ ਪਹੁੰਚੀ ਹੈ, ਤਾਂ ਕੀ ਤੁਸੀਂ ਸਿਰਫ ਤੇ ਸਿਰਫ ਜਿਹੜੀਆਂ ਡੋਨੇਸ਼ਨਸ ਤੁਹਾਨੂੰ ਸੰਗਤ ਵੱਲੋਂ ਮਿਲਦੀਆਂ ਨੇ ਜਾਂ ਜਿਹੜੇ ਵਾਲੰਟੀਅਰਸ ਹੈਗੇ ਆ ਉਹਨਾਂ ਤੇ ਹੀ ਰਿਲਾਏ ਕਰਦੇ ਹੋ, ਜਾਂ ਤੁਹਾਨੂੰ ਕੋਈ ਗਵਰਨਮੈਂਟ ਏਡ ਵੀ ਮਿਲਦੀ ਹੈ, ਸਰਕਾਰੀ ਤੌਰ ਤੇ ਵੀ ਤੁਹਾਨੂੰ ਕੋਈ ਜਿਹੜੀ ਵਿੱਤੀ ਸਹਾਇਤਾ ਹੈਗੀ ਹੈ, ਕੋਈ ਮਦਦ ਹੈ ਕਿਸੇ ਹਿਸਾਬ ਦੀ ਉਹ ਮਿਲਦੀ ਹੈ ਇਹਨਾਂ ਸਿਚੁਏਸ਼ਨਸ ਦੇ ਵਿੱਚ? ਬਹੁਤ ਵਧੀਆ ਪੁੱਛਿਆ, ਨਹੀਂ ਕੋਈ ਸਾਡੀ ਜਿਹੜੀ ਜੜਾਂ ਨੇ ਉਹਦਾ ਸੰਗਤ ਆ, ਸੰਗਤ ਦੇ ਸਹਿਯੋਗ ਨਾਲ ਹੀ ਅਸੀਂ ਕੁਛ ਕਰ ਸਕਦੇ ਹਾਂ, ਗੁਰੂ ਸਾਹਿਬ ਦੇ ਉਟਾਸੇ ਅਨੁਸਾਰ ਨਾਲ ਕੁਛ ਕਰ ਸਕਦੇ ਹਾਂ। ਪਰ ਕਿਉਂਕਿ ਸੰਗਤ ਨੇ ਹਮੇਸ਼ਾ ਸਹਿਯੋਗ ਦਿੱਤਾ ਆ, ਅਸੀਂ ਜੇ ਕੰਮ ਕੀਤੇ ਨੇ ਉਹਦੇ ਨਾਲ ਸਾਨੂੰ ਯੂਨਾਈਟਿਡ ਨੇਸ਼ਨ ਤੋਂ ਮਾਨਤਾ ਪ੍ਰਾਪਤ ਹੋਈ ਹੈ। ਯੂਨਾਈਟਿਡ ਨੇਸ਼ਨ ਦਾ ਮਾਨਤਾ ਪ੍ਰਾਪਤ ਹੋਣ ਦੇ ਕਾਰਨ ਅਸੀਂ ਰੈਡ ਕ੍ਰਾਸ ਨਾਲ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਜੀ। ਸਾਨੂੰ ਜੋਰਡਨ ਦੀ ਸਰਕਾਰ ਨੇ ਸਾਡੀ ਸ਼ਲਾਘਾ ਕੀਤੀ ਹੈ ਜੀ। ਪ੍ਰੈਸੀਡੈਂਟ ਬਰਾਕ ਓਬਾਮਾ ਨੇ ਜਦ ਅਸੀਂ ਏਡੀ ਚ ਕੰਮ ਕਰਦੇ ਸੀਗੇ ਉਦੋਂ ਜ਼ਿਕਰ ਕੀਤਾ ਕਿ ਯੂਨਾਈਟਿਡ ਸਟੇਟ ਨੇ ਜਿਹੜੇ ਕਾਰਜ ਕੀਤੇ ਨੇ, ਜਿਹੜੇ ਕੰਮ ਕੀਤੇ ਨੇ ਏਡੀ ਦੇ ਵਿੱਚ ਜੀ। ਸੋ ਅਸੀਂ ਇਹ ਜ਼ਰੂਰ ਕਹਾਂਗੇ ਕਿਉਂਕਿ ਸੰਗਤ ਨੇ ਹਮੇਸ਼ਾ ਸਹਿਯੋਗ ਦਿੱਤਾ ਆ। ਸੰਗਤ ਜੇ ਸਹੀ ਮੈਡਮ ਨੇ ਕਿ ਸੰਗਤ ਸਾਡੀ ਰੀੜ ਦੀ ਹੱਡੀ ਆ ਜੀ, ਉਹਦੇ ਨਾਲ ਅਸੀਂ ਚੱਲ ਸਕਦੇ ਹਾਂ, ਉਹਦੇ ਨਾਲ ਹੀ ਹਿੱਲ ਸਕਦੇ ਹਾਂ, ਤੇ ਉਹਦਾ ਤੇ ਕਿਉਂਕਿ ਇੰਨੀ ਸਹਾਇਤਾ ਮਿਲਦੀ ਆ ਤਾਂ ਉਸ ਸਰਕਾਰ ਦੇ ਨਾਲ ਸਾਡੀ ਪਹੁੰਚ ਬਣੀ ਆ ਜੀ। ਸਿੱਖੀ ਦੀ ਗੱਲ ਸਰਕਾਰੀ ਦਰਬਾਰੇ ਵੀ ਹੁੰਦੀ ਆ, ਅਤੇ ਇਹਦੇ ਨਾਲ ਇਹਦਾ ਫਾਇਦਾ ਇਹ ਆ ਕਿ ਸਾਨੂੰ ਫਿਰ ਗ੍ਰਾਂਟਸ ਵੀ ਮਿਲਦੇ ਨੇ ਜੀ, ਤੇ ਸਾਨੂੰ ਸਰਕਾਰ ਦੀ ਸਹੂਲਤਾਂ ਵੀ ਮਿਲਦੀਆਂ ਜੀ। ਬਹੁਤ ਚੰਗੀ ਗੱਲ ਹੈ ਗੁਰਵਿੰਦਰਜੀਤ ਸਿੰਘ ਜੀ, ਤੇ ਇਸੇ ਦੇ ਨਾਲ ਜਿਹੜੀ ਡੋਨੇਸ਼ਨਸ ਤੁਹਾਨੂੰ ਸੰਗਤ ਵੱਲੋਂ ਮਿਲਦੀ ਹੈ ਉਹਦੇ ਵਿੱਚੋਂ ਕਿੰਨਾ ਕੁ ਹਿੱਸਾ ਜਿਹੜਾ ਹੈਗਾ ਉਹ ਤੁਹਾਡੇ ਆਪਣੇ ਜਿਹੜੇ ਆਰਗੇਨਾਈਜੇਸ਼ਨਲ ਐਕਸਪੈਂਸਿਸ ਨੇ ਉਹਦੇ ਤੇ ਖਰਚ ਹੁੰਦਾ ਹੈ, ਤੇ ਕਿੰਨਾ ਕੁ ਹਿੱਸਾ ਉਹਦਾ ਜਿਹੜਾ ਉਹ ਪੀੜਤਾਂ ਤੱਕ ਪਹੁੰਚਦਾ? ਇਹ ਵੀ ਸੰਗਤ ਦੇ ਵਿੱਚ ਕਈ ਵਾਰ ਇੱਕ ਸਵਾਲ ਉੱਠਦਾ ਵੀ ਜਦੋਂ ਅਸੀਂ ਡੋਨੇਟ ਕਰਦੇ ਹਾਂ ਤਾਂ ਬਹੁਤੀ ਵਾਰੀ ਉਹਦਾ ਜਿਹੜਾ ਬਹੁਤਾ ਵੱਡਾ ਹਿੱਸਾ ਉਹ ਜਿਹੜੇ ਆਰਗੇਨਾਈਜੇਸ਼ਨਲ ਕੰਮ ਹੁੰਦੇ ਨੇ
ਤੁਹਾਡੀਆਂ ਆਪਣੀਆਂ ਜਿਹੜੇ ਤੁਸੀਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ, ਆਪਣਾ ਤੁਹਾਡਾ ਇਨਫਰਾਸਟ੍ਰਕਚਰ ਹੈਗਾ ਜਥੇਬੰਦੀ ਦਾ, ਉਹਦੇ ਤੇ ਹੀ ਜ਼ਿਆਦਾ ਖਰਚ ਹੁੰਦਾ, ਇਸ ਬਾਬਤ ਕੀ ਕਹਿਣਾ ਚਾਹੋਗੇ? ਜੀ ਤੁਸੀਂ ਬਹੁਤ ਮੈਂ ਧੰਨਵਾਦੀ ਹਾਂ ਤੁਸੀਂ ਵੈਸੇ ਸਵਾਲ ਪੁੱਛਿਆ, ਕਿਉਂਕਿ ਅਸੀਂ ਜਿਹੜੀ ਵੀ ਗੱਲਾਂ ਹੁੰਦੀਆਂ ਨੇ ਆਪਣੇ ਸਾਹਮਣੇ ਹੋਣੀ ਚਾਹੀਦੀਆਂ ਨੇ, ਤੇ ਬਿਲਕੁਲ ਹੀ ਸਾਫ਼ ਹੋਣਾ ਚਾਹੀਦਾ ਹੈ ਕਿ ਸਰਕਾਰ ਦਾ ਇੱਕ ਇੱਕ ਡਾਲਰ ਜਿਹੜਾ ਵੀ ਦਾਨ ਹੁੰਦਾ ਹੈ, ਜਿਹੜਾ ਵੀ ਸਾਨੂੰ ਦਿੱਤਾ ਜਾਂਦਾ ਆ, ਉਹ ਖਰਚੇ ਕਿੱਥੇ ਜਾਂਦਾ ਹੈ, ਉਹ ਖਰਚੇ ਕਿਵੇਂ ਜਾਂਦਾ ਹੈ? ਦੇਖੋ ਜੀ, ਮੈਂ ਤੁਹਾਨੂੰ ਇੱਕ ਮਿਸਾਲ ਦੇ ਰਿਹਾ, ਜਿਹੜੀ ਰੈੱਡ ਕਰਾਸ ਆ ਤੁਸੀਂ ਉਹਨੂੰ ਡਾਲਰ ਦਿੰਦੇ ਹੋ, ਉਹਦੇ 65% ਜਾਂਦੇ ਨੇ ਖਰਚਿਆਂ ਦੇ ਵਿੱਚ, ਤਨਖਾਹਾਂ ਦੇ ਵਿੱਚ, ਹਾਂਜੀ, ਆਫਿਸ ਆਫਿਸ ਆਪਣੇ ਦਫ਼ਤਰਾਂ ਦੇ ਕਿਰਾਏ ਦੇ ਵਿੱਚ ਜੀ। ਯੂਨਾਈਟਿਡ ਸਟੇਟ ਨੂੰ ਤੁਸੀਂ ਜੇ ਡਾਲਰ ਦਿੰਦੇ ਹੋ ਜੀ, 90% ਜਾਂਦੇ ਨੇ ਗਰੀਬ ਦੇ ਮੂੰਹ ਦੇ ਵਿੱਚ, ਸੋ 90% ਜਿਹਨੂੰ ਛੇੜੀ ਨੈਵਗੇਟ A+ ਰੇਟਿੰਗ ਦਿੰਦੀ ਆ ਜੀ। ਸੋ ਇਹ ਕਾਰਨ ਮੈਂ ਵੀ ਕਹਿੰਦਾ ਕਿ ਜੇ ਕੋਈ ਪੁੱਛੇ ਜਾ 100% ਕਿਉਂ ਨੀ ਜਾਂਦੇ, ਤੁਸੀਂ ਉਹਨੂੰ ਦੱਸ ਸਕਦੇ ਹੋ ਨਹੀਂ, ਉਹ ਸਟਾਫ ਹੈਗੀ ਆ, ਵਕੀਲ ਹੈਗੇ ਨੇ, ਕਿਉਂਕਿ ਮੈਂ ਤੁਹਾਨੂੰ ਇੱਕ ਮਿਸਾਲ ਦੇ ਰਿਹਾ, ਜਦ ਅਸੀਂ ਕੰਮ ਸ਼ੁਰੂ ਕੀਤਾ ਸੀ ਰੈੱਡ ਕਰਾਸ ਨੇ ਕਿਹਾ ਕਿ ਤੁਸੀਂ ਸਮਾਨ ਬਹੁਤ ਵਧੀਆ ਲੈ ਕੇ ਆਏ ਹੋ ਜੀ, ਤੁਸੀਂ ਆਏ ਵੀ ਬਹੁਤ ਜ਼ਿਆਦਾ ਹੋ, ਤੁਸੀਂ ਕਾਬਲ ਵੀ ਬਹੁਤ ਹੋ, ਪਰ ਇੱਦਾਂ ਕਰਿਓ ਜਿਹੜੀ ਕਿਰਪਾਨਾਂ ਨੇ ਉਹ ਦਰਵਾਜ਼ੇ ਦੇ ਬਾਹਰ ਲਾ ਕੇ ਆਇਓ, ਫਿਰ ਸ਼ਲਟਰ ਦੇ ਵਿੱਚ ਵੜਿਓ ਜੀ। ਅਸੀਂ ਉਹਨਾਂ ਨੂੰ ਸਮਝਾਇਆ ਕਿ ਦੇਖੋ ਜਿਹੜਾ ਅਸੀਂ ਕਾਰਜ ਕਰ ਰਹੇ ਹਾਂ, ਜਿਹੜੇ ਅਸੀਂ ਤੁਹਾਡੇ ਸਾਹਮਣੇ ਖੜੇ ਹਾਂ ਨਾ, ਉਹ ਕਿਰਪਾਨ ਦੇ ਬਦੌਲਤ ਹੀ ਆ, ਜੇ ਅਸੀਂ ਕਿਰਪਾਨ ਲਾ ਤੀ ਤੁਸੀਂ ਸਮਝੋ ਕਿ ਅਸੀਂ ਆਪ ਫਤਿਹ ਰਹਿ ਗਏ ਜੀ। ਸੋ ਉਹ ਜਦ ਤੁਸੀਂ ਕਾਰਜ ਦੀ ਕਾਰਵਾਈ ਕਰਨੀ ਹੁੰਦੀ ਆ, ਜਦ ਤੁਸੀਂ ਉਹਨਾਂ ਦਾ ਜਵਾਬ ਦੇਣਾ ਹੁੰਦਾ ਆ, ਤਾਂ ਤੁਹਾਨੂੰ ਉਸ ਵੇਲੇ ਲੀਗਲ ਐਕਸਪਰਟੀਜ਼ ਦੀ ਲੋੜ ਪੈਂਦੀ ਆ, ਤੇ ਚਾਹੇ ਆਪਣੇ ਕਿਸੇ ਬੱਚੇ ਦਾ ਬੁਲਿੰਗ ਦਾ ਕੇਸ ਹੋਵੇ, ਚਾਹੇ ਕਿਸੇ ਵੀਰ ਭੈਣ ਨੂੰ ਨੌਕਰੀ ਨਾ ਦਿੱਤੀ ਜਾਵੇ, ਸਿੱਖੀ ਕਿਉਂਕਿ ਉਹਨਾਂ ਸਿੱਖ ਸਰੂਪ ਧਾਰਿਆ, ਸੋ ਜਦੋਂ ਵੀ ਕੇਸ ਲੜੇ ਜਾਂਦੇ ਨੇ ਉਹ ਵੀ ਵਕੀਲ ਲੜਦੇ ਨੇ, ਸੋ ਕਹਿਣ ਦਾ ਭਾਵ ਹੈ ਜਿਹੜਾ ਜਿਹੜਾ 10-12% ਖਰਚਾ ਹੁੰਦਾ ਜੀ, ਉਹ ਇਸ ਕਾਰਨ ਹੁੰਦਾ ਆ, ਪਰ ਜੋ ਰਿਲੀਫ ਦੇ ਵਿੱਚ ਜਾਂਦਾ ਆ ਉਹ 90% ਤੋਂ ਜ਼ਿਆਦਾ ਜੀ, ਇੱਕ ਇੱਕ ਡਾਲਰ ਗਰੀਬ ਦਾ ਮੂੰਹ ਗੁਰੂ ਦੀ ਕੋਲ ਜੀ ਵਚਨ ਅਨੁਸਾਰ ਅਸੀਂ ਉਹ ਉੱਥੇ ਲਾਉਂਦੇ ਹਾਂ। ਤੇ ਇੱਕ ਹੋਰ ਗੱਲ ਅਮਰਜੀਤ ਸਿੰਘ ਜੀ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਵੈਬਸਾਈਟ ਤੇ ਨਾ united state.org ਤੇ ਜਾ ਕੇ ਤੁਸੀਂ ਜਦੋਂ ਮਰਜ਼ੀ ਸਾਡੀ ਫਾਈਨੈਂਸ਼ੀਅਲ ਸਟੇਟਮੈਂਟ, ਸਾਡੇ ਫਾਈਨੈਂਸ਼ੀਅਲ ਰੈਕਰਡ ਦੇਖ ਸਕਦੇ ਹੋ, ਕਿਉਂਕਿ ਅਸੀਂ ਯੂਨਾਈਟਿਡ ਨੇਸ਼ਨ ਤੋਂ ਮਾਨਤਾ ਪ੍ਰਾਪਤ ਕੀਤੀ ਆ, ਅਸੀਂ ਟੈਕਸ ਐਗਜ਼ੈਂਪਟ ਤਾਂ ਹੈਗੇ ਹਾਂ ਜੀ, ਸਾਨੂੰ ਸਰਕਾਰ ਨੂੰ ਤਾਂ ਜਵਾਬ ਦੇਣਾ ਹੀ ਪੈਂਦਾ ਅਮੈਰੀਕਾ ਦੀ, ਪਰ ਕਿਉਂਕਿ ਅਸੀਂ ਯੂਨਾਈਟਿਡ ਨੇਸ਼ਨ ਤੋਂ ਮਾਨਤਾ ਪ੍ਰਾਪਤ ਕੀਤੀ ਹੈ, ਯੂਨਾਈਟਿਡ ਨੇਸ਼ਨ ਨੂੰ ਵੀ ਜਵਾਬ ਦੇਣਾ ਪੈਂਦਾ, ਉਹ ਵੀ ਸਾਰਾ ਸਾਡੇ ਵੇਰਵੇ ਦੇਖਦੇ ਨੇ, ਸਾਰੀ ਕਾਰਜ ਦੀ ਕਾਰਵਾਈ ਉਹ ਕਰਦੇ ਨੇ ਕਿ ਜਿਹੜਾ ਡਾਲਰ ਆਇਆ ਉਹ ਕਿਵੇਂ ਆਇਆ, ਕਿੱਥੋਂ ਆਇਆ, ਕਿਉਂ ਆਇਆ, ਕਿੱਥੇ ਗਿਆ ਜੀ। ਤੇ ਜੇ ਕਿਸੇ ਨੂੰ ਵੀ ਕੋਈ ਸਵਾਲ ਹੋਵੇ, ਕੋਈ ਸ਼ੰਕਾ ਹੋਵੇ, ਸਾਡੇ ਨਾਲ ਜਦੋਂ ਮਰਜ਼ੀ ਜੀ ਉਹ ਸੰਪਰਕ ਕਰ ਸਕਦੇ ਨੇ, ਅਸੀਂ ਜਵਾਬ ਦੇ ਹਾਂ, ਅਸੀਂ ਰਹਿਣੀ ਆ ਸੰਗਤ ਦੇ, ਜਿਵੇਂ ਮੈਂ ਕਿਹਾ ਕਿ ਸੰਗਤ ਸਾਡੀ ਰੀੜ ਦੀ ਹੱਡੀ ਆ, ਸੰਗਤ ਤੋਂ ਬਿਨਾਂ ਅਸੀਂ ਕੁਛ ਨਹੀਂ, ਸੋ ਅਸੀਂ ਜਦੋਂ ਮਰਜ਼ੀ ਕਿਸੇ ਕੋਲ ਕੋਈ ਵੀ ਗੱਲ ਹੋਵੇ, ਕੋਈ ਵੀ ਜੇ ਕੋਈ ਸ਼ਿਕਵਾ ਹੋਵੇ, ਸੰਗਤ ਉਹ ਜਦੋਂ ਮਰਜ਼ੀ ਜੀ ਸੰਪਰਕ ਕਰ ਸਕਦੇ ਆ ਜੀ। ਗੁਰਵਿੰਦਰਜੀਤ ਸਿੰਘ ਜੀ, ਇਸੇ ਦੇ ਨਾਲ ਮੈਂ ਸੰਗਤ 'ਤੇ ਵੀ ਕਹਿਣਾ ਚਾਹੂੰਗਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ, ਤੁਹਾਡੀ ਵੈਬਸਾਈਟ 'ਤੇ ਜਾ ਕੇ ਸੰਗਤ ਸਾਡੇ ਜਿਹੜੇ ਦਰਸ਼ਕ ਨੇ ਉਹ ਚੈੱਕ ਕਰ ਸਕਦੇ ਨੇ ਫਾਈਨੈਂਸ਼ੀਅਲ ਸਟੇਟਮੈਂਟਸ ਵੀ, ਅਤੇ ਹੋਰ ਵੀ ਜਿਹੜੀ ਜਾਣਕਾਰੀ ਹੈਗੀ ਆ ਡੋਨੇਸ਼ਨ ਦੇ ਹਵਾਲੇ ਨਾਲ ਜਾਂ ਵਾਲੰਟੀਅਰ ਕਰਨਾ ਚਾਹੁੰਦੇ ਹੋ ਤਾਂ www.unitedsix.org 'ਤੇ ਜਾ ਕੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਖਾਸ ਤੌਰ 'ਤੇ ਜਦੋਂ ਅਸੀਂ ਇਸ ਤੂਫਾਨ ਹਰੀਕੇਨ ਹਾਰਵੀ ਦੀ ਗੱਲਬਾਤ ਕਰ ਰਹੇ ਹਾਂ ਅਤੇ ਇਸ ਦੇ ਬਾਬਤ ਗੱਲ ਕਰ ਰਹੇ ਹਾਂ, ਗੁਰਵਿੰਦਰਜੀਤ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਸੀਗਾ ਵੀ ਜਿਹੜਾ ਰੈੱਡ ਕਰਾਸ ਦਾ ਉਹ ਹੈਗਾ, ਉਹਨਾਂ ਦਾ ਤਕਰੀਬਨ 60-70% ਜਿਹੜਾ ਖਰਚਾ ਉਹ ਉਹਨਾਂ ਦੇ ਜਿਹੜੇ ਇਨਫਰਾਸਟ੍ਰਕਚਰ ਦੇ ਐਕਸਪੈਂਸਿਸ ਹੈਗੇ ਆ ਉਹਦੇ ਵਿੱਚ ਹੀ ਚੱਲਿਆ ਜਾਂਦਾ, ਅਤੇ ਯੂਨਾਈਟਿਡ ਸਿੱਖਸ ਦਾ ਇੱਦਾਂ ਨਹੀਂ ਹੁੰਦਾ ਹੈਗਾ, ਇਹਦਾ ਕਾਰਨ ਕੀ ਹੈ, ਉਹਨਾਂ ਕੋਲ ਅਜਿਹਾ ਕੀ ਨਹੀਂ ਹੈਗਾ, ਜਾਂ ਤੁਸੀਂ ਅਜਿਹਾ ਕੀ ਕਰਦੇ ਹੋ ਵੀ ਤੁਹਾਡੇ ਜਿਹੜੇ ਐਕਸਪੈਂਸਿਸ ਨੇ ਇਨਫਰਾਸਟ੍ਰਕਚਰ ਦੇ ਆਪਣੇ ਆਰਗੇਨਾਈਜੇਸ਼ਨ ਦੇ ਉਹ ਇੰਨੇ ਘੱਟ ਨੇ? ਦੇਖੋ ਮੈਂ ਕਹਿ ਸਕਦਾ ਕਿ ਜੇ ਰੈੱਡ ਕਰਾਸ ਦਾ ਸ਼ੈਲਟਰ ਹੁੰਦਾ, ਜਿਵੇਂ ਗੁਰਦੁਆਰਾ ਜਿਹੜਾ ਸਿੱਖ ਨੈਸ਼ਨਲ ਸੈਂਟਰ ਹੈ ਜੀ, ਜੇ ਰੈੱਡ ਕਰਾਸ ਦਾ ਸ਼ੈਲਟਰ ਹੁੰਦਾ ਤਾਂ ਜੀ ਜਿਹੜੇ ਇੱਥੇ 40 ਬੰਦੇ ਅਸੀਂ ਲੱਗੇ ਹੋਏ ਆ, ਹੁਣ ਉਹਨਾਂ ਚੋਂ 15 ਬੰਦਿਆਂ ਨੇ ਤਨਖਾਹਾਂ ਲੈਣੀਆਂ ਸੀਗੀਆਂ ਜੀ, ਤੇ ਮੈਂ ਤੁਹਾਨੂੰ ਦੱਸਾਂ ਕਿ ਸਾਡੇ ਚੋਂ ਜਿਹੜੇ 40 ਤਨਖਾਹਾਂ ਕਿੰਨੇ ਲੈ ਰਹੇ ਨੇ, 1% ਨਹੀਂ ਲੈ ਰਹੇ, 0, ਇਹ ਗੁਰੂ ਦੀ ਦੇਣ ਆ, ਇਹ ਗੁਰੂ ਦੀ ਤਾਕਤ ਆ, ਇਹ ਜਿਹੜੀ ਚਰਬੀ ਪੰਥ ਦੇ ਮਹਿਲ ਦੀ ਉਸਾਰੀ ਆ,
ਉਹ ਸ਼ਹੀਦਾਂ ਦੇ ਖੂਨ ਦੇ ਨਾਲ ਬਣੀ ਜੀ, ਤੇ ਉਹ ਖੂਨ ਨੇ ਸਾਨੂੰ ਇੰਨਾ ਜਜ਼ਬਾ, ਇੰਨੀ ਤੁਸੀਂ ਕਹਿ ਸਕਦੇ ਹੋ ਇੰਨਾ ਨਿਤਰਨ ਦਾ ਸਾਡੇ ਵਿੱਚ ਜੋਸ਼ ਭਰਿਆ ਆ ਕਿ ਸਾਡੇ ਖੂਨ ਦੇ ਵਿੱਚ ਹੀ ਆ ਕਿ ਜਦ ਅਸੀਂ ਕਿਸੇ ਨੂੰ ਕਿਸੇ ਲੋੜਵੰਦ ਨੂੰ ਦੇਖਦੇ ਹਾਂ, ਜਦ ਵੀ ਅਸੀਂ ਕਿਸੇ ਨਿਤਾਰੇ ਨੂੰ ਦੇਖਦੇ ਹਾਂ, ਜਦ ਵੀ ਕਿਸੇ ਨਿਤਾਰੇ ਨੂੰ ਦੇਖਦੇ ਹਾਂ, ਤਾਂ ਅਸੀਂ ਵੱਧ ਚੜ ਕੇ ਆਪਣੇ ਵੱਲੋਂ ਆਪਣਾ ਫਰਜ਼ ਸਮਝ ਕੇ ਯੋਗਦਾਨ ਪਾਉਂਦੇ ਹਾਂ ਜੀ। ਤੁਹਾਡੇ ਸਵਾਗਤ ਜਵਾਬ ਹੈ ਅਮਰਜੀਤ ਸਿੰਘ ਜੀ ਕਿ ਸਾਡੇ ਜਿਹੜੇ ਵੀ ਨੌਜਵਾਨ 90% ਵਿੱਚ ਸਾਡਾ ਜਿਹੜੇ ਯੋਗਦਾਨ ਪਾ ਰਹੇ ਨੇ, ਜਿਹੜੇ ਆ ਰਹੇ ਨੇ ਸੇਵਾ ਕਰ ਰਹੇ ਨੇ, ਉਹ ਜੀ ਵਾਲੰਟੀਅਰ ਨੇ ਸਾਰੇ ਦਾਸ ਵਾਂਗੂ, ਤਾਂ ਕਿ ਸਾਡੇ ਖਰਚੇ ਜਿਹੜੇ ਹੈਗੇ ਨੇ ਬਹੁਤ ਘੱਟ ਨੇ, ਵੀ ਸਾਨੂੰ ਵਜੂਦ ਦੇ ਖਰਚਿਆਂ ਦੇ ਵਿੱਚ ਸਾਰਾ ਸਮਾਂ ਜ਼ਾਇਆ ਨਹੀਂ ਕਰਨਾ ਪੈਂਦਾ, ਅਸੀਂ ਉਹ ਧੁੰਮਾਂ ਦੇ ਵਿੱਚ ਉਹਨਾਂ ਦਾ ਇਸਤੇਮਾਲ ਕਰ ਸਕਦੇ ਹਾਂ ਜੀ। ਗੁਰਵਿੰਦਰਜੀਤ ਸਿੰਘ ਜੀ, ਸੋ ਮੈਂ ਸਮਝਦਾ ਵੀ ਜਿਹੜੀ ਅੱਜ ਦੀ ਜਾਣਕਾਰੀ ਹੈਗੀ ਆ ਉਹ ਅਸੀਂ ਲਗਭਗ ਕੰਪਲੀਟ ਕਰ ਲਈ ਹੈ, ਅਤੇ ਅੰਤ ਦੇ ਵਿੱਚ ਮੈਂ ਇੱਕ ਵਾਰ ਦੁਬਾਰਾ ਫਿਰ ਚਾਹੂੰਗਾ ਜੇ ਤੁਸੀਂ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਤੁਹਾਡੀ, ਕੰਟੈਕਟ ਇਨਫੋਰਮੇਸ਼ਨ ਜਿਹੜੇ ਸਾਡੇ ਦਰਸ਼ਕ ਨੇ ਉਹ ਤੁਹਾਡੇ ਤੱਕ ਕਿੱਥੋਂ ਪਹੁੰਚ ਕਰ ਸਕਦੇ ਆ, ਉਹ ਜੇ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿਓ। ਹਾਂਜੀ ਭਾਈ ਸਾਹਿਬ, ਅਮਰਜੀਤ ਸਿੰਘ ਜੀ, ਦਾਸ ਗੁਰਵਿੰਦਰ ਸਿੰਘ, ਦਾਸ ਦਾ ਨੰਬਰ 469-222-6268, 469-222-6288, ਅਸੀਂ ਵੈਬਸਾਈਟ ਜੀ ਯੂਨਾਈਟਿਡ ਸਟੇਟਸ www.unitedstates.org, ਸਾਡੀ ਈਮੇਲ ਹੈਗੀ ਭਾਈ ਸਾਹਿਬ contact@unitedstates.org, ਜੇ ਨੌਜਵਾਨ ਆਪ ਮੇਰੇ ਵੀ ਸੁਣ ਰਹੇ, ਨਵੀਂ ਭੈਣਾਂ ਸੁਣ ਰਹੇ ਨੇ, ਸੁਣ ਰਹੇ ਸੋਸ਼ਲ ਮੀਡੀਆ 'ਚ ਕਾਫ਼ੀ ਆਪਣਾ ਸਮਾਂ ਵਧਾਉਂਦੇ ਨੇ, ਸਾਡਾ ਫੇਸਬੁੱਕ ਪੇਜ ਵੀ ਹੈਗਾ ਜੀ ਯੂਨਾਈਟਿਡ ਸਟੇਟਸ, ਸਾਡਾ ਟਵਿੱਟਰ ਪੇਜ ਵੀ, ਟਵਿੱਟਰ ਫੀਡ ਵੀ ਹੈਗੀ ਹੈ ਯੂਨਾਈਟਿਡ ਸਟੇਟਸ ਜੀ, ਇੰਸਟਾਗ੍ਰਾਮ ਵੀ ਹੈਗਾ ਯੂਨਾਈਟਿਡ ਸਟੇਟਸ, ਉੱਥੇ ਦੇਖੋ ਅਸੀਂ ਅੱਜ ਲਾਈਵ ਵੀਡੀਓ ਬਣਾਈ ਹੈ ਜਿਹਦੇ ਵਿੱਚ 4 ਬੰਦਿਆਂ ਨੂੰ ਲੰਗਰ ਛਕਾਇਆ, ਕਿਵੇਂ ਨੌਜਵਾਨ ਅੱਗੇ ਅੱਗੇ ਆ ਕੇ ਇੱਕ ਦੂਜੇ ਦੇ ਅੱਗੇ ਇਹ ਆ ਰਹੇ ਸੀਗੇ ਕਿ ਅਸੀਂ ਸੇਵਾ ਕਰਨਾ ਚਾਹੁੰਦੇ, ਸਾਨੂੰ ਕਰ ਦਿਓ, ਕਿਵੇਂ ਖਾਣਾ ਮਰ ਰਿਹਾ ਸੀ, ਕਿਵੇਂ ਲਾਈਨ ਲੱਗੀ ਸੀ, ਕਿ ਤੁਸੀਂ ਖੁਦ ਮਹਿਸੂਸ ਕਰ ਸਕਦੇ ਹੋ ਕਿ ਜਦ ਇਹੀ ਚੀਜ਼ ਆਉਂਦੀ ਆ ਤਾਂ ਤੁਹਾਨੂੰ ਫਕਰਾ ਤੁਹਾਡਾ ਸਿਰ ਉੱਚਾ ਹੋਵੇਗਾ, ਇਹ ਦੇਖਦੇ ਹੋਏ ਕਿ ਤੁਹਾਡੀ ਨਿਮਾਣੀ ਸੰਸਥਾ ਯੂਨਾਈਟਿਡ ਸਟੇਟਸ ਆਪਣਾ ਬਣਦਾ ਯੋਗਦਾਨ ਪਾ ਰਹੀ ਜੀ। ਬਿਲਕੁਲ ਗੁਰਵਿੰਦਰਜੀਤ ਸਿੰਘ ਜੀ, ਅੰਤ ਦੇ ਵਿੱਚ ਮੈਂ ਵੀ ਇਹੀ ਬੇਨਤੀ ਸਾਡੇ ਦਰਸ਼ਕਾਂ ਦੇ ਚਰਨਾਂ ਦੇ ਵਿੱਚ ਕਰਨਾ ਚਾਹੂੰਗਾ ਕਿ ਜਿਹੜਾ ਇਹ ਹਾਰਵੀ ਤੂਫਾਨ ਦੇ ਕਾਰਨ ਟੈਕਸਾਸ ਦੇ ਵਿੱਚ ਫਲੱਡਿੰਗ ਹੋਈ ਹੈ, ਨੁਕਸਾਨ ਹੋਇਆ, ਕਿੰਨੇ ਲੋਕਾਂ ਦੀ, ਦਰਜਨਾਂ ਲੋਕਾਂ ਦੀ ਮੌਤ ਹੋਈ ਹੈ ਅਤੇ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਬੇਘਰ ਹੋਏ ਨੇ, ਉਹਨਾਂ ਦੀ ਮਦਦ ਦੇ ਲਈ ਯੂਨਾਈਟਿਡ ਸਟੇਟਸ ਜਥੇਬੰਦੀ ਉੱਥੇ ਪਹੁੰਚੀ ਹੈ ਅਤੇ ਪੀੜਤਾਂ ਦੀ ਸਹਾਇਤਾ ਦੇ ਲਈ ਕਾਰਜ ਇਹਨਾਂ ਵੱਲੋਂ ਆਰੰਭਿਆ ਹੋਇਆ। ਸੋ ਤੁਸੀਂ ਜਿਹੜਾ ਆਪਣਾ ਕੋਈ ਯੋਗਦਾਨ ਇਹਦੇ ਵਿੱਚ ਪਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੀ ਵੈਬਸਾਈਟ ਦੇ ਥਰੂ ਇਹਨਾਂ ਤੱਕ ਤੁਸੀਂ ਜਾ ਕੇ ਪਹੁੰਚ ਕਰ ਸਕਦੇ ਹੋ, www.unitedsikhs.org ਤੇ ਜਾ ਕੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਤੇ ਆਪਣਾ ਜਿਹੜਾ ਬਣਦਾ ਯੋਗਦਾਨ ਹੈਗਾ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਉਹ ਤੁਸੀਂ ਪਾ ਸਕਦੇ ਹੋ। ਸੋ ਅੰਤ ਦੇ ਵਿੱਚ ਗੁਰਵਿੰਦਰਜੀਤ ਸਿੰਘ ਜੀ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜਿਹੜੀ ਇੱਕ ਸਿੱਖੀ ਭਾਵਨਾ ਦੇ ਨਾਲ ਉੱਥੇ ਵਾਲੰਟੀਅਰ ਕਰ ਵੀ ਰਹੇ ਹੋ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰੋਗੇ, ਤਾਂ ਉਹਦੇ ਲਈ ਵੀ ਅਸੀਂ ਤੁਹਾਡਾ ਇਸ ਪਲੈਟਫਾਰਮ ਤੋਂ ਧੰਨਵਾਦ ਕਰਦੇ ਹਾਂ ਅਤੇ ਯੂਨਾਈਟਿਡ ਸਿੱਖ ਜਥੇਬੰਦੀ ਦਾ ਵੀ ਧੰਨਵਾਦ ਕਰਦੇ ਹਾਂ। ਸੋ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਪੰਖ ਚੜ੍ਹਦੀ ਕਲਾ ਚ ਰਹੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਸਰਦਾਰ ਗੁਰਵਿੰਦਰਜੀਤ ਸਿੰਘ ਦੇ ਨਾਲ ਉਹ ਤੁਹਾਨੂੰ ਪਸੰਦ ਆਈ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ, ਅਗਲੇ ਹਫ਼ਤੇ ਸੋਮਵਾਰ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ, ਤਦ ਤੱਕ ਲਈ ਇਜਾਜ਼ਤ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।